ਉਧਰ ਹੁਸ਼ਿਆਰਪੁਰ ਦੇ ਟਾਂਡਾ ਦੇ ਵਿੱਚ ਦੂਸ਼ਿਤ ਪਾਣੀ ਦੇ ਚੱਲਦੇ 70 ਵਿਅਕਤੀਆਂ ਦੇ ਪੀਲੀਏ ਦੇ ਨਾਲ ਪੀੜਿਤ ਹੋਣ ਦੀ ਖਬਰ ਆ ਰਹੀ ਹੈ। ਗਨੀਮਤ ਇਹ ਹੈ ਕਿ ਸਿਹਤ ਵਿਭਾਗ ਦਾ ਕੋਈ ਵੀ ਵਿਅਕਤੀ ਇਹਨਾਂ ਮਰੀਜ਼ਾਂ ਦੀ ਖਬਰ ਤੱਕ ਲੈਣ ਨਹੀਂ ਆਇਆ। ਪੀਲੀਏ ਦੀ ਰੋਕਥਾਮ ਦੇ ਲਈ ਭਾਵੇਂ ਟੀਮਾਂ ਦਾ ਗਠਨ ਸਿਹਤ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੈ, ਪਰ ਪੀੜਿਤ ਮਰੀਜ਼ਾਂ ਨੂੰ ਵਿਭਾਗ ਵੱਲੋਂ ਦਵਾਈਆਂ ਤੱਕ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਕਿਉਂਕਿ ਵਿਭਾਗ ਦੇ ਕੋਲ ਵੀ ਇਹ ਦਵਾਈਆਂ ਹੈ ਹੀ ਨਹੀਂ। ਭਾਅ ਜੀ, ਪੀਲੀਆ ਕੋਈ 5 ਦਿਨਾਂ ਤੋਂ ਸੀਗਾ, 1.4 ਆਇਆ ਵੈਸੇ, ਅਤੇ ਹੁਣ ਮੈਡੀਸਨ ਖਾਧੀ, ਉਹਦੇ ਨਾਲ ਫਰਕ ਪਿਆ। ਕਿੱਥੋਂ ਖਾ ਰਹੇ ਹੋ? ਮੈਡੀਸਨ ਮੈਂ ਦੇਸੀ ਖਾ ਰਿਹਾ। ਹੋਸਪਿਟਲ ਨਹੀਂ? ਹੋਸਪਿਟਲ ਨਹੀਂ ਗਿਆ, ਜ਼ਿਆਦਾਤਰ ਪਾਣੀ ਦੀ ਪ੍ਰੋਬਲਮ ਕਰਕੇ ਹੋ ਰਿਹਾ। ਸਰ, ਇੱਧਰ ਥੋੜ੍ਹਾ ਜਿਹਾ ਸਾਡੇ ਪਿੰਡ ਦੇ ਵਿੱਚ ਜਿਹੜੇ ਵਾਟਰ ਸਪਲਾਈ ਆ ਪਾਣੀ ਦਾ, ਉਹਦੇ ਵਿੱਚ ਜਿੱਦਾਂ ਟੂਟੀ ਦਾ ਕਨੈਕਸ਼ਨ ਦਿੱਤੇ ਆ, ਉਹਦੇ ਨਾਲ ਲੋਕਾਂ ਨੇ ਵਿੱਚ ਛੋਟੇ ਛੋਟੇ ਪੈਪ ਹੈਗੇ ਆ, ਕਈ ਵਾਰ ਲੀਕੇਜ ਹੋ ਜਾਂਦੀ ਆ, ਉਹ ਵਾਟਰ ਸਪਲਾਈ ਦੇ ਵਿੱਚ ਪੈ ਜਾਂਦੇ ਆ। ਉਸ ਤੋਂ ਬਾਅਦ ਉਹ ਖਰਾਬ ਹੋਣ ਨਾਲ ਸਾਰਾ ਕੰਮ ਖਰਾਬ ਹੋ ਗਿਆ ਆ। ਸਾਰੇ ਇੱਥੇ ਘੱਟੋ ਘੱਟ ਸਾਡੇ ਤਕਰੀਬਨ 70 ਦੇ ਕਰੀਬ ਬੰਦੇ ਜਿਹਨਾਂ ਨੂੰ ਪੀਲੀਆ ਹੋ ਚੁੱਕਾ ਆ। ਉਹ ਤੋਂ ਹੋਰ ਵੀ ਜ਼ਿਆਦਾ ਅਨਸਾਰ ਹੈਗੇ ਹੁਣ ਦੇ, ਪਰ ਹਾਲ ਤੱਕ ਸਾਡੇ ਕੋਲ ਕੋਈ ਸਰਕਾਰੀ ਜਾਂ ਉੱਦਾਂ ਕੋਈ ਸਹਾਇਤਾ ਵਾਲੇ ਕੋਈ ਨਹੀਂ ਆਇਆ ਹੈ। ਠੀਕ ਹੈ, ਨਾ ਕੋਈ ਡਾਕਟਰ ਪਹੁੰਚਾ ਆ ਅਤੇ ਨਾ ਹੀ ਕੋਈ ਸਾਡੇ ਕੋਲ ਭਗਵਾਨ ਨੂੰ ਕੋਈ ਬੰਦਾ ਨਹੀਂ ਸਾਡੇ ਕੋਲ ਆਇਆ। ਸਾਡੇ ਪਰਿਵਾਰ ਵਿੱਚ ਜੀ 2 ਲੜਕੀਆਂ, ਇੱਕ ਮੇਰੀ ਵਾਈਫ, ਇੱਕ ਮੈਂ, ਇਹਨਾਂ ਨੂੰ ਪੀਲੀਏ ਨਾਲ ਸਾਰੇ ਨਾਲ ਘੇਰੇ ਹੋਇਆ। ਸਾਨੂੰ ਕਿਸੇ ਨੇ ਆ ਕੇ ਕੁਛ ਨਹੀਂ ਦੇਖਿਆ ਜੀ, ਅਸੀਂ ਆਪ ਗਏ ਖੁਦ ਉੱਥੇ, ਸਰਕਾਰੀ ਤੌਰ 'ਤੇ ਕੋਈ ਵੀ ਨਹੀਂ ਆਇਆ ਜੀ, ਕੋਈ ਦੇਖਣ ਵਾਸਤੇ ਨਹੀਂ ਆਇਆ। ਅਸੀਂ ਤਾਂ ਜੋ ਦੇਖਿਆ ਸਾਨੂੰ ਇਹ ਲੱਗਿਆ ਕਿ ਪਾਣੀ ਦੀ ਪ੍ਰੋਬਲਮ ਕਰਕੇ ਬਿਮਾਰੀ ਫੈਲੀ ਆ। ਸਾਰੇ ਪਾਸੇ ਪਾਣੀ ਦੀ ਲੀਕੇਜ ਹੋ ਰਹੀ ਹੈ, ਕਿਤੇ ਪਾਣੀ ਦੀ ਹਰਿਆਲੀ ਬਹੁਤ ਜੰਮੀ ਹੋਈ ਹੈ, ਟੂਟੀਆਂ ਵੀ ਸਾਫ਼ ਨਹੀਂ ਹੈਗੀਆਂ, ਅਤੇ ਅਸੀਂ ਲੋਕਾਂ ਨੂੰ ਇਹੀ ਕਿਹਾ ਕਿ ਫਿਲਹਾਲ ਪਾਣੀ ਉਬਾਲ ਕੇ ਪੀਓ, ਬਾਕੀ ਸਾਡੀ ਬੈਨ ਆਊਗੀ ਤਾਂ ਅਸੀਂ ਉਹਨਾਂ ਨੂੰ ਦਵਾਈਆਂ ਮੁਹੱਈਆ ਕਰਵਾਵਾਂਗੇ। ਸਾਡੀ ਜਿਹੜੀ ਬੈਨ ਹੈਗੀ ਉਹਦਾ ਫਿਕਸ ਪ੍ਰੋਗਰਾਮ ਹੁੰਦਾ ਆ, ਉਹ ਅੱਜ ਉਹਦੀ ਜਦੋਂ ਡਿਊਟੀ ਲੱਗੀ ਸੀ ਉੱਥੇ ਅਨਾਊਂਸਮੈਂਟਾਂ ਹੋ ਚੁੱਕੀਆਂ ਸੀਗੀਆਂ ਕਿ ਉੱਥੇ ਦੇ ਪੇਸ਼ੈਂਟ ਖਰਾਬ ਹੁੰਦੇ ਆ, ਸਫ਼ਰ ਹੁੰਦੇ ਆ, ਇਸ ਕਰਕੇ ਅਸੀਂ ਉਹਨਾਂ ਨੂੰ ਉੱਥੋਂ ਛੱਡ ਕੇ ਇੱਥੇ ਨਹੀਂ ਸੀ ਬੁਲਾ ਸਕਦੇ। ਹਾਂਜੀ, ਜ਼ਰੂਰੀ ਤਾਂ ਅਸੀਂ ਬਹੁਤ ਸੀ, ਹੁਣ SMO ਇਸ ਲੈਵਲ 'ਤੇ ਦੱਸੂਗੇ ਵੀ ਉਹਨਾਂ ਨੇ ਅੱਜ ਕਿਉਂ ਨਹੀਂ ਇੱਥੇ ਭੇਜਿਆ, ਪਰ ਕੱਲ੍ਹ ਤਾਂ ਜ਼ਰੂਰ ਆਏਗੀ ਨਾ। 4 ਟੀਮਾਂ ਜੋ ਗਠਿਤ ਕਰ ਲਈ ਹੈ ਔਰ ਘਰ ਘਰ ਮੈਂ ਜਾ ਕੇ ਸਰਵੇ ਕਰ ਰਹੇ ਹਾਂ ਔਰ ਹੈਲਥ ਐਜੂਕੇਸ਼ਨ ਦੇ ਰਹੇ ਹਾਂ। ਉਨਕੇ ਸਾਥ ਮੇਂ ਹਮ ਕਲੋਰੀਨ ਟੇਬਲੇਟ ਵੀ ਦੇ ਰਹੇ ਹੈ, ਉਨਕੋ ਸਮਝਾ ਰਹੇ ਹੈ ਕਿ ਪਾਣੀ ਕੈਸੇ ਪੀਣਾ ਹੈ। ਹੋ ਸਕਤਾ ਹੈ ਕਹੀਂ ਨਾ ਕਹੀਂ ਲੀਕੇਜ ਹੋ ਪਾਣੀ ਕੀ, ਵਾਟਰ ਸਪਲਾਈ ਕੀ ਕਹੀਂ ਨਾ ਕੋਈ ਕੋਈ ਪ੍ਰੋਬਲਮ ਹੋ, ਲੇਕਿਨ ਫਿਰ ਵੀ ਹਮ ਹੈਲਥ ਐਜੂਕੇਸ਼ਨ ਦੇ ਰਹੇ ਹਾਂ ਔਰ ਖਾਸ ਕਰਕੇ ਹਮ ਡੇਲੀ ਇੱਕ ਮੈਡੀਕਲ ਕੈਂਪ ਵੀ ਲਗਾ ਰਹੇ ਹਾਂ।